ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਇੱਥੇ ਅੱਜ ਆਪਣੇ ਯੂਕੇ ਹੈੱਡ ਆਫਿਸ ਦੇ ਵੇਅਰ ਹਾਊਸ ਵਿੱਚ ਹੈਗੇ ਅਤੇ ਦੇਖੋ ਸੰਗਤ ਕਿੰਨੀ ਦਿਆਲੂ ਆ। ਆ ਭਾਈ ਸਾਹਿਬ ਤੁਸੀਂ ਕਿਹੜੇ ਕਿਹੜੇ, ਮੈਂ ਤੁਹਾਨੂੰ ਕੈਮਰੇ 'ਤੇ ਮੋੜ ਕੇ ਕਰਦਾ ਇੱਕ ਮਿੰਟ, ਸੋਰੀ ਫੋਨ ਡਿੱਗਣ ਲੱਗਾ। ਤੁਸੀਂ ਕਿਹੜੀ ਕਿਹੜੀ ਸੁਸਾਇਟੀ ਤੋਂ? ਲਾਇਨਸ ਕਲੱਬ ਐਂਡ ਸਾਡਾ ਹੈਗਾ ਲਾਇਨਸ ਕਲੱਬ ਆਫ ਲੰਡਨ ਹੈਂਡਨ, ਲੰਡਨ ਹੈਂਡਨ ਲਾਇਨਸ ਕਲੱਬ, ਲੰਡਨ ਹੈਂਡਨ ਲਾਇਨਸ ਕਲੱਬ। ਤਾਂ ਤੁਸੀਂ ਕਿੰਨੇ ਜਨਰੇਟਰ ਆ ਜਿਹੜੇ ਆਕਸੀਜਨ ਕੌਨਸਨਟ੍ਰੇਟਰ ਤੁਸੀਂ ਕਿੰਨੇ ਲੈ ਕੇ ਆਏ ਇੰਡੀਆ ਲਈ? ਅਸੀਂ ਆਪਣੇ ਆਪਣੇ ਵੱਲੋਂ 21 ਪੀਸ ਤੇ ਸਾਡੇ ਇਸ ਵੇਲੇ ਹੈ 21 21 ਪੀਸ ਤੇ ਆਈ ਗੋਟ ਅਨਦਰ 9 অর 10 ਔਨ ਆਰਡਰ ਐਂਡ ਦੇ ਵਿਲ ਬੀ ਬ੍ਰੋਟ ਟੂ ਯੂ ਐਸ ਦੇ ਕਮ। ਸੋ ਇਨ 48 ਆਵਰਸ we managed to raise over £5,000 and that's your son and that's my son and that car is full as well, that car is full as well of concentrators। ਆ ਦੇਖੋ ਜੀ ਇਹ ਸਾਡੇ ਵੇਅਰਹਾਊਸ ਭਰ ਗਿਆ ਆ ਸਮਾਨ ਦੇ ਨਾਲ ਅਤੇ ਨਾਲ ਭਾਈ ਸਾਹਿਬ ਅੱਜ ਇਹ ਸਾਰਾ ਜਾ ਰਿਹਾ ਸਮਾਨ ਜਹਾਜ਼ ਦੇ ਉੱਪਰ ਅਤੇ ਭਾਈ ਸਾਹਿਬ ਹੁਣੀ ਨਾਲੇ ਪੰਜਾਬੀ ਸੁਸਾਇਟੀ ਯੂਕੇ ਵਿੱਚ ਵੀ ਇਹ ਰੈਪ੍ਰਜੈਂਟ ਕਰਦੇ ਪਰ ਅੱਜ ਜਿਹੜੇ ਹੈਂਡਨ ਲਾਇਨਸ ਕਲੱਬ ਤੋਂ ਇੱਕ ਗਰੁੱਪ ਨੇ 21 ਕੌਨਸਨਟ੍ਰੇਟਰ ਦਿੱਤੇ ਆ ਇੰਡੀਆ ਲਈ। ਤਾਂ ਆਹ ਦੇਖੋ ਸਾਡੇ ਆਹ ਭਾਈ ਸਾਹਿਬ ਜਿਹੜੇ ਆਏ ਆ ਇਹ ਜਿਹੜੇ ਬੰਦੇ ਆ ਇਹ ਜਸਪਾਲ ਸਿੰਘ ਆ, ਇਹ ਪਹਿਲਾਂ ਖਾਲਸਾ ਦੇ ਟਰੱਸਟੀ ਵੀ ਰਹੇ ਆ, ਸਾਡੇ ਫਰੈਂਡ ਵੀ ਆ ਅਤੇ ਇਹ ਨਾਲੇ ਵਰਜਨ ਅਟਲਾਂਟਿਕ ਪਾਇਲਟ ਵੀ ਆ। ਇਹਨਾਂ ਨੇ ਸੈਟਰਡੇ ਨੂੰ ਆਹ ਸਾਰੇ ਕੌਨਸਨਟ੍ਰੇਟਰ 200 ਕੌਨਸਨਟ੍ਰੇਟਰ ਇੰਡੀਆ ਨੂੰ ਇਹ ਭਾਈ ਸਾਹਿਬ ਨੇ ਫਲਾਈ ਕਰਨੇ। ਦੱਸੋ ਤੁਸੀਂ ਕਿੱਦਾਂ ਫੀਲ ਕਰਦੇ, ਹਾਊ ਯੂ ਫੀਲ? ਮੈਨੂੰ ਬੜੀ ਖੁਸ਼ੀ ਆ, ਬੜਾ ਮਾਣ ਆ ਕਿ ਸਾਰੇ ਵੀਰਾਂ ਨੇ ਸਾਰੇ ਸੰਗਤ ਨੇ ਰੇਜ਼ ਕੀਤੇ ਆਪਣੇ ਕੌਨਸਨਟ੍ਰੇਟਰ। ਤਾਂ ਬਾਏ ਚਾਂਸ ਮੇਰੀ ਡਿਊਟੀ ਲੱਗੀ ਆ ਅਟਲਾਂਟਿਕ ਨਾਲ, ਮੈਂ ਅਪਲਾਈ ਕਰਦਾ ਹਾਂ। ਉਹਨਾਂ ਨੇ ਜਿੰਨੀ ਵੀ ਫਲਾਇੰਗ ਕੋਸਟ ਹੈਗੀ ਆ ਕਾਰਗੋ ਸਾਰੇ ਹੈਂਡਲਿੰਗ ਉਹ ਫਰੀ ਕਰ ਰਹੇ ਆ। ਤਾਂ ਮੈਂ ਮੈਨੂੰ ਸੇਵਾ ਮਿਲੀ ਆ, ਮਿਸਟਰ ਸਿੰਘ ਸਾਡਾ ਵੱਡਾ ਪਾਇਲਟ ਆ, ਬੜਾ ਗ੍ਰੇਟ ਆ ਅਤੇ ਇਹ ਹੁਣ ਇਹ ਇਕੱਲੀ ਸੇਵਾ ਨਹੀਂ ਕਰ ਰਿਹਾ ਪਰ ਐਕਚੁਲੀ ਦੇਖੋ ਇਹ ਜਹਾਜ਼ ਵੀ ਲੈ ਕੇ ਜਾ ਰਿਹਾ। ਲੋਕ ਕਾਰਾਂ ਲੈ ਕੇ ਜਾਂਦੇ ਆ, ਇਹ ਜਹਾਜ਼ ਲੈ ਕੇ ਜਾ ਰਿਹਾ ਭਰ ਕੇ ਸਮਾਨ 200 ਆਹ ਡੱਬੇ। ਮੁੜ ਕੇ ਗੱਲ ਕਰਦੇ ਨਾ ਇੱਕ ਮਿੰਟ, ਆਹ ਦੇਖੋ ਆਹ ਹੁਣ ਸਾਰੇ ਸ਼ਾਮ ਨੂੰ ਚੱਲ ਜਾਣੇ ਆ ਕਾਰਗੋ ਨੂੰ ਪੈਕਿੰਗ ਕਰਕੇ, ਸਾਰੇ ਲੱਗੇ ਹੋਆ ਦਿਨ ਦਿਹਾੜੀ ਵੋਲੰਟੀਅਰ ਸਾਡੇ ਇੱਥੇ। ਹੈਲੋ ਵੋਲੰਟੀਅਰਸ, ਦਿਨ ਦਿਹਾੜੀ ਲੱਗੇ ਹੋਆ ਇੱਥੇ ਸੇਵਾ ਕਰਨ। ਆਹ ਸਾਰੇ ਕੌਨਸਨਟ੍ਰੇਟਰ ਆ ਦੇਖੋ, ਆਹ ਸਾਰੇ ਕੌਨਸਨਟ੍ਰੇਟਰ ਆ ਇੰਡੀਆ ਲਈ ਜਿਹੜੀ ਸੰਗਤ ਨੇ ਡੋਨੇਟ ਕੀਤੇ ਆ ਯੂਕੇ ਦੀ ਸੰਗਤ ਨੇ। ਆ ਭਾਈ ਗੁਰਨਾਮ ਇਹ ਲੱਗਾ ਸਾਰਾ ਚੈੱਕ ਕਰਦਾ ਸਾਰਾ ਕੁਛ, ਆਹ ਵੀ ਕੌਨਸਨਟ੍ਰੇਟਰ। ਸਾਡੀਆਂ ਟੀਮ ਜਿਹੜੀ ਯੂਏਰਾਸ ਲੱਗੀਆਂ ਆ ਅਤੇ ਹੈੱਡ ਆਫਿਸ ਲੱਗੇ ਆ। ਆਹ ਦੇਖੋ ਕਿੱਦਾਂ ਲੋਕ ਦੂਰੋਂ ਦੂਰੋਂ ਭੇਜ ਰਹੇ ਆ। ਮੇਰਾ ਖਿਆਲ 400-500 ਕੌਨਸਨਟ੍ਰੇਟਰ, 200-250 ਤਾਂ ਆ ਗਿਆ ਹੋਣਾ 2 ਦਿਨ ਦੇ ਵਿੱਚ। ਦੇਖੋ ਸੰਗਤ ਕਿੰਨੀ ਦਿਆਲੂ ਆ, ਇੱਥੇ ਅਸੀਂ 2-3 ਦਿਨ ਹੋਏ ਅਪੀਲ ਕੀਤੀ ਨੂੰ ਅਤੇ ਸਾਡਾ ਵੇਅਰਹਾਊਸ ਭਰ ਗਿਆ। ਹੁਣ ਸਾਡਾ ਆਪ ਸਿੰਘ ਜਹਾਜ਼ ਲੈ ਕੇ ਚੱਲਾ ਸ਼ਨਿਚਰਵਾਰ ਨੂੰ। ਵਰਜਨ ਅਟਲਾਂਟਿਕ ਵਾਲਿਆਂ ਨੇ ਬਹੁਤ ਹੀ ਕਾਇੰਡਲੀ ਬਹੁਤ ਪਿਆਰ ਦੇ ਨਾਲ ਕਹਿੰਦਾ ਕਹਿੰਦੇ ਭਈ ਅਸੀਂ ਲੈ ਕੇ ਜਾਂਦੇ ਹਾਂ, ਕੋਈ ਖਰਚਾ ਨਹੀਂ ਪਊਗਾ। ਅਤੇ ਹੁਣ 200 ਕੌਨਸਨਟ੍ਰੇਟਰ ਆਕਸੀਜਨ ਕੌਨਸਨਟ੍ਰੇਟਰ ਇੰਡੀਆ ਨੂੰ ਜਾਊਗੇ ਜਿਹੜੇ ਲੋਕਾਂ ਨੂੰ ਵਿਚਾਰੇ ਨੂੰ ਸਾਹ ਨਹੀਂ ਆ ਰਿਹਾ ਜਾਨ ਬਚਾਉਣ ਲਈ। ਅਤੇ ਸਾਡੇ ਆਹ ਤੁਹਾਨੂੰ ਮੈਂ ਦਿਖਾਲਦਾ ਇੱਧਰ, ਹਾਂ ਸਾਡੀ ਟੀਮ ਇੱਥੇ ਲੱਗੀ ਹੋ ਆ। ਮਿਸਟਰ ਗੁਰਸੇਵਕ ਸਿੰਘ ਕਿੱਦਾਂ ਲੱਗਦਾ ਦੇਖੋ, ਕਿੱਦਾਂ ਕਿੱਦਾਂ ਰਿਸਪੋਂਸ ਕਿੱਦਾਂ ਲੱਗੀ ਸੰਗਤ ਤੋਂ? ਬਹੁਤ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਇਹ ਅਪੀਲ ਨੂੰ, ਬਹੁਤ ਵਧੀਆ ਸਾਰਿਆਂ ਨੂੰ ਜਿਵੇਂ ਫਿਕਰ ਆ ਉੱਥੇ ਯੋਗ ਹੋ ਰਿਹਾ ਹੈ ਨਾ। ਦੂਰੋਂ ਦੂਰੋਂ ਸਾਨੂੰ ਮੈਸੇਜ ਕਾਲਸ ਆ ਰਹੀਆਂ, ਬਰਾੜਪੁਰ ਤੋਂ ਕੋਈ ਲੋਕ ਉੱਥੋਂ ਛੱਡਣ ਵੀ ਆ ਰਹੇ ਜਿਹੜੇ ਡਿਲੀਵਰੀ ਰੇਂਜ ਨਹੀਂ ਕਰ ਸਕਦੇ, ਵੇਅਰ ਹਾਊਸ ਅੰਦਰ ਦੇਖ ਹੀ ਲਿਆ ਸਾਰਾ। ਓਵਰਵੈਲਮਿੰਗ ਰਿਸਪੋਂਸ ਹੈ, ਬਹੁਤ ਵਧੀਆ ਆ ਹੈ ਨਾ, ਚੰਗਾ ਆ ਸਾਰੇ ਇਕੱਠੇ ਹੋ ਕੇ ਰਲ ਕੇ ਇਸ ਟਾਈਮ ਦੇ ਵਿੱਚ ਸਭ ਦੀ ਮਦਦ ਕਰਨ ਲਈ ਮੂਹਰੇ ਆ ਰਹੇ। ਅਤੇ ਨਾਲੇ ਆਪਣਾ ਸਿੰਘ ਲੈ ਕੇ ਚੱਲਾ ਜਹਾਜ਼, ਜਸਪਾਲ ਸਿੰਘ ਜੀ ਖੁਦ ਆਪ ਲੈ ਕੇ ਚੱਲੇ ਨੇ ਅਤੇ ਬਹੁਤ ਵਧੀਆ ਆ। ਵਰਜਨ ਏਅਰਲਾਈਨ ਦਾ ਵੀ ਉਹਨਾਂ ਦਾ ਵੀ ਬਹੁਤ ਧੰਨਵਾਦ ਆ ਅਤੇ ਜਿਨ੍ਹਾਂ ਨੇ ਇਸ ਟਾਈਮ ਦੇ ਵਿੱਚ ਮੂਹਰੇ ਆ ਕੇ ਹੈਲਪ ਕੀਤੀ ਆ ਹੈ ਨਾ ਲੈ ਕੇ ਜਾਣ ਲਈ। ਈਵਨ ਉਹਨਾਂ ਨੇ ਹੈਲਪ ਕੀਤੀ ਜਿਹੜੇ ਕਾਰਗੋ ਦੀ ਜਿਹੜੀ ਕੰਪਨੀ ਉਹਨਾਂ ਦਾ ਵੀ ਧੰਨਵਾਦ, ਜਿਨ੍ਹਾਂ ਨੇ ਸਾਰਾ ਅਰੇਂਜਮੈਂਟ ਕੀਤਾ, ਕੋਈ ਕੋਸਟ ਨਹੀਂ ਇਹਦੀ ਪੈ ਰਹੀ ਜਿਹੜੀ ਸ਼ਿਪਿੰਗ ਦੀ ਆ ਅਤੇ ਸੰਗਤ ਨੇ ਸਾਰਾ ਅਰੇਂਜ ਕਰਤਾ, ਬਹੁਤ ਵਧੀਆ ਆ। ਸੋ ਆਈ ਹੋਪ ਕਿ ਵੱਧ ਤੋਂ ਵੱਧ ਲੋਕਾਂ ਦੀਆਂ ਜਾਨਾਂ ਇਹਦੇ ਨਾਲ ਬਚਾਈਆਂ ਜਾ ਸਕਦੀਆਂ ਨੇ। ਹਾਂ ਨਹੀਂ, ਥੈਂਕ ਯੂ ਸਾਰੇ ਲੱਗਿਓ ਦਿਨ ਦਿਹਾੜੀ ਅਤੇ ਨਾਲ ਨਾਲ ਆਹ ਵੀ ਚੇਤਾਂ ਦਾ ਭੁਲਾਇਓ ਫਾਰਮਰਸ ਪ੍ਰੋਟੈਸਟ ਵੀ ਚੱਲ ਰਿਹਾ ਆ। ਸੋ ਜਸਪਾਲ ਸਿੰਘ ਤੁਸੀਂ ਲੈ ਕੇ ਚੱਲੇ ਆ ਜਹਾਜ਼ ਅਤੇ ਜਿਹੜੇ ਕੌਨਸਨਟ੍ਰੇਟਰ 200
ਅਤੇ ਸਾਨੂੰ ਵੀ ਬੜੀ ਖੁਸ਼ੀ ਆ ਵੀ ਸਾਡੇ ਸਿੰਘ ਸਾਹਿਬ ਇਹ ਜਹਾਜ਼ ਫਲਾਈ ਕਰਨ ਲੱਗੇ ਆ। ਇਹ ਕੋਈ ਫਾਈਨਲ ਮੈਸੇਜ ਦੇ ਦਿਓ ਸੰਗਤ ਨੂੰ ਭਾਈ ਸਾਡੀ ਕੀ ਜ਼ਿੰਮੇਵਾਰੀ ਆ ਦੁਨੀਆ ਵਿੱਚ। ਕਈ ਲੋਕ ਜਿਹੜੇ ਕਹਿੰਦੇ ਨਾ ਹੈਗੇ ਜਿਹੜੇ ਈਡੀਅਟ ਹੈਗੇ ਦੋ ਤਿੰਨ ਮੇਰੇ ਹੈਗੇ ਇੱਥੇ ਮੇਰੇ ਫੇਸ 'ਤੇ ਦੋ ਤਿੰਨ ਸੁਪਰ ਈਡੀਅਟਸ ਕਹਿੰਦੇ ਆ ਭਾਈ ਤੁਸੀਂ ਕਿਉਂ ਦੂਜੇ ਮਾਝੋਂ ਦੀ ਹੈਲਪ ਕਰਦੇ ਆ, ਆ ਦੱਸੋ ਉਹਨਾਂ ਨੂੰ ਮਾੜੀਆ ਮੈਸੇਜ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਿਆ ਆ ਤਾਂ ਖਾਲਸਾ ਗੇਟ ਦਾ ਮਤਲਬ ਫਰੋਮ ਡੇ 1 ਹੈਜ਼ ਬੀਨ ਰੈਕਗਨਾਈਜ਼ਡ ਐਜ਼ ਅ ਹਿਊਮਨ ਰਾਈਟਸ ਐਜ਼ 1। ਆਈਵ ਬੀਨ ਵਰਕਿੰਗ ਵਿਦ ਰਵੀ ਨਾਓ ਤਕਰੀਬਨ 10-12 ਸਾਲ ਹੋ ਚੱਲੇ ਆ ਤਾਂ ਅਸੀਂ ਕਦੀ ਨਹੀਂ ਫਰਕ ਕੀਤਾ ਕਿਸੇ ਨਾਲ ਵੀ, ਨਾ ਕਰਨਾ ਆ ਤਾਂ ਭਾਵੇਂ ਸਿੱਖ ਹੋਵੇ, ਹਿੰਦੂ, ਮੁਸਲਮਾਨ, ਕ੍ਰਿਸਚਨ, ਜੂ ਹੋਵੇ, ਜੋ ਮਰਜ਼ੀ ਹੋਵੇ, ਨੋਨ ਬਿਲੀਵਰ, ਵੀ ਡੋਂਟ ਕੇਅਰ, ਅਸੀਂ ਸਾਰਿਆਂ ਦੀ ਮਦਦ ਕਰਨੀ ਆ, ਇਨਸਾਨੀਅਤ। ਐਂਡ ਐਟ ਦ ਮੋਮੈਂਟ ਅਮਰੀਕਾ ਮੈਜੋਰਿਟੀ ਜਿਹੜੀ ਯੂਨਿਟ ਹੈਗੀਆਂ ਨਾ ਉੱਥੇ ਜਾ ਕੇ ਹਿੰਦੂ ਫੈਮਿਲੀ ਨੂੰ ਜਾ ਕੇ ਸਪੋਰਟ ਹੋਣੀਆਂ ਆ। ਸੋ ਜਿਹੜਾ ਜਿਹੜਾ ਵੀ ਅਸੈਸਮੈਂਟ ਹੋਵੇ ਕਿ ਕਿਸੇ ਨੂੰ ਜਾਣ ਜਿੱਥੇ ਵੀ ਲੋੜ ਆ, ਅਸੀਂ ਦੇਖਣਾ ਨਹੀਂ ਹੈਗਾ ਕਿ ਕੋਈ ਧਰਮ ਦੇਖਣਾ ਆ। ਲੰਗਰ ਆ, ਲੰਗਰ ਸਾਰਿਆਂ ਲਈ ਆ। ਕਦੀ ਗੁਰੂ ਸਾਹਿਬ ਨੇ ਕਿਹਾ ਭਾਈ ਲੰਗਰ ਉਹਦੇ ਲਈ ਇਹਦੇ ਲਈ ਨਹੀਂ? ਗਾ ਭਾਈ ਘਨੱਈਆ ਜੀ ਨੇ ਇੱਕ ਫਰਕ ਕੀਤਾ ਸੀ ਜਦੋਂ ਮੈਂ ਨਹੀਂ ਇਨ ਦ ਬੈਟਲ ਫੀਲਡ, ਉਹਨਾਂ ਨੇ ਜਾ ਕੇ ਮੁਸਲਮਾਨਾਂ ਨੂੰ ਵੀ ਪਾਣੀ ਛਕਾਇਆ, ਸੇਵਾ ਕੀਤੀ। ਸੋ ਯੂ ਨੋ ਵੀ ਨਾਟ ਗੋਇੰ ਟੂ ਜਸਟ ਬਿਕਾਜ਼ ਯੂ ਪੀਪਲ, ਸਮ ਪੀਪਲ ਡੋਨਟ ਲਾਈਕ ਇਟ, ਟਫ ਇਨ ਇਟ, ਵੀਲ ਕੈਰੀ ਓਨ, ਬਟ ਇਟਸ ਆਨਰ ਐਂਡ ਪ੍ਰਿਵਿਲੇਜ, ਆਈਲ ਬੀ ਫਲਾਈਂਗ ਥੀਸ ਆਊਟ। ਮੈਨੂੰ ਸੇਵਾ ਦਾ ਮੌਕਾ ਮਿਲਿਆ ਆ। ਸੋ ਕਦੀ ਕਦੀ ਸੇਵਾ ਮੌਕਾ ਮਿਲਦਾ ਜਹਾਜ਼ ਦਾ ਅਡਾਉਣ ਦਾ, ਨਾਲ ਲੈ ਕੇ ਜਾਣਾ ਤੁਸੀਂ ਸਾਰਾ ਸਮਾਨ। ਯਾ ਬਾਈ ਚਾਂਸ, ਸੋ ਮਹਾਰਾਜ ਜੀ ਕਿਰਪਾ ਨਾਲ ਯੂ ਨੋ ਯੂ ਕਨਸੈਂਟ੍ਰੇਟਸ ਇਹ ਦੁਨੀਆ ਨੂੰ ਡੱਕ ਪਹੁੰਚਾਉਣਾ ਉੱਥੇ। ਸੋ ਸੇਵਿੰਗ ਲਾਈਵਸ, ਕਿੰਨੇ ਆ ਗਏ ਦੇਖਿਆ, ਦੇਖੋ ਕਿੰਨੇ ਆਈ ਜਾਂਦੇ ਆ। ਮੇਰੇ ਖਿਆਲ 250-300 ਆ ਗਏ ਹੁਣੇ, ਮੇਰੇ ਖਿਆਲ ਅੱਜ ਅਤੇ ਕੱਲ੍ਹ, ਅਤੇ ਹੋਰ ਵੀ ਆ ਰਹੇ। ਤਾਂ ਸਿਰਫ ਘੰਟਾ ਹੋਇਆ ਇੱਥੇ, ਇੱਥੇ ਖੜੇ ਨੂੰ ਮੇਰੇ ਹੁੰਦੇ ਤਕਰੀਬਨ 35। ਜਿੱਦਾਂ ਇੱਕ ਸਿੰਘ ਸਾਹਿਬ ਨੇ ਲੈ ਕੇ ਆਏ 35 ਆ ਗਏ, ਹੋਰ ਵੀ ਆਉਣੇ ਆ ਤਕਰੀਬਨ 400-500 ਹੋ ਜਾਣੇ ਆ। ਸੋ ਵੈਲਜਨ ਵਾਲੇ ਨੇ ਕਿਹਾ ਕਿ 200 ਯੂਨਿਟਾਂ ਲੈ ਕੇ ਜਾਣ ਵਾਸਤੇ ਤਿਆਰ ਹੈਗੇ ਅੱਜ ਲੈ ਜਾਣੇ ਸੈਟਰਡੇ ਸ਼ਾਮ ਨੂੰ ਸੀ। ਸੋ ਲੈ ਕੇ ਜਾ ਰਹੇ ਹਾਂ ਔਨ ਵਰਜਨ ਅਟਲਾਂਟਿਕ। ਸੋ ਉਹਨਾਂ ਦਾ ਵੀ ਬਹੁਤ ਧੰਨਵਾਦ ਵਰਜਨ ਅਟਲਾਂਟਿਕ, ਜਿਹਨਾਂ ਨੇ ਜਿੰਨੇ ਵੀ ਕੋਸਟ ਹੈਗੀਆਂ ਆ, ਕਦੀ ਕਾਰਗੋ ਹੈਂਡਲਿੰਗ ਦੀ ਵੀ ਕੋਸਟ ਹੁੰਦੀ ਆ, ਏਅਰਫੇਅਰ ਦੀ ਕੋਸਟ ਹੁੰਦੀ ਆ, ਉਹਨਾਂ ਨੇ ਸਾਰੇ ਮਾਫ਼ ਕੀਤਾ ਕਿ ਤੁਸੀਂ ਜਿੰਨਾ ਮਰਜ਼ੀ ਸਾਡੇ ਕੋਲ ਲੈ ਆਓ, ਅਸੀਂ ਤੁਹਾਡੇ ਵਾਸਤੇ ਲੈ ਕੇ ਜਾਵਾਂਗੇ ਫ੍ਰੀ। ਥੈਂਕ ਯੂ ਵੈਰੀ ਮੱਚ, ਲਵਲੀ ਜਵਲੀ ਮਿਸਟਰ ਸਿੰਘ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਅਗੇਨ ਭਾਈ ਸਾਹਿਬ, ਥੈਂਕ ਯੂ।